ਵਿਧਾਇਕਾਂ ਦੇ ਬੱਚਿਆਂ ਨੂੰ 3 ਮਿੰਟ ਦੇ ਵਿੱਚ ਨੌਕਰੀ ਦੇ ਦਿੱਤੀ ਜਾਂਦੀ ਹੈ ਤਰਸ ਦੇ ਆਧਾਰ ਦੇ ਉੱਪਰ ਕਿੰਜ ਵੇਖਦੇ ਹੋ ਦੇਖੋ ਹੁਣ ਇਹ ਤਾਂ ਹੈ ਨਹੀਂ ਵੀ ਸਾਰੇ ਜਿਹੜੇ ਆ ਬੇਰੁਜ਼ਗਾਰ ਉਹ ਵਿਧਾਇਕਾਂ ਦੇ ਬੱਚੇ ਹੋਣ ਬਿਲਕੁਲ 2 ਵਿਧਾਇਕਾਂ ਦੇ ਬੱਚਿਆਂ ਨੂੰ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਨੌਕਰੀ ਦੇਣ ਦੇ ਉੱਤੇ ਸਹੀ ਪਾ ਦਿੱਤੀ ਗਈ ਹੈ ਜੀ ਉਹਨਾਂ ਵਿੱਚ ਇੱਕ ਰਾਕੇਸ਼ ਪਾਂਡੇ ਦਾ ਪੁੱਤ ਵਿਧਾਇਕ ਦਾ ਇੱਕ ਫਤਿਹਜੰਗ ਸਿੰਘ ਬਾਜਵਾ ਦਾ ਪੁੱਤ ਪ੍ਰਤਾਪ ਸਿੰਘ ਬਾਜਵਾ ਦਾ ਭਤੀਜਾ ਜੀ ਪ੍ਰਤਾਪ ਸਿੰਘ ਬਾਜਵਾ ਦੇ ਭਤੀਜੇ ਨੂੰ ਇੰਸਪੈਕਟਰ ਲਾਉਣ ਦੀ ਗੱਲ ਹੈ ਤੇ ਉਧਰ ਰਕੇਸ਼ ਪਾਂਡੇ ਦੇ ਪੁੱਤ ਨੂੰ ਨਾਇਬ ਤਹਿਸੀਲਦਾਰ ਲਾਉਣ ਦੇ ਉੱਤੇ ਸਹੀ ਪਾ ਦਿੱਤੀ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਨ੍ਹਾਂ ਨੂੰ 2-2, 3-3, 4-4 ਪੈਨਸ਼ਨਾਂ ਮਿਲਦੀਆਂ ਜੀ ਉਹਨਾਂ ਦੇ ਉੱਤੇ ਤਰਸ ਕਰਨਾ ਆਪਾਂ ਤੇ ਜਿਹੜੇ ਟਾਵਰਾਂ ਦੇ ਉੱਤੇ 90-90 ਦਿਨ ਤੋਂ ਬੈਠੇ ਉਹਨਾਂ ਦੇ ਉੱਤੇ ਤਰਸ ਵੀ ਕੋਈ ਨਹੀਂਗਾ ਬਿਲਕੁਲ ਇਹ ਸੁਰਿੰਦਰਪਾਲ ਨਾਂ ਦਾ ਨੌਜਵਾਨ ਹੈ ਜਿਹੜਾ ਕਿ ਟਾਵਰ ਦੇ ਉੱਤੇ ਬੈਠਾ ਹੋਇਆ ਜੀ ਉਹਦਾ ਨਾਂ ਜਿਹੜਾ ਸੁਰਿੰਦਰਪਾਲ ਤੇ ਪਿੰਡ ਉਹਦਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਿਆਨਪੁਰ ਜੀ ਉਹਨੇ ਇਹ ਗੱਲ ਕਹੀ ਸੀ ਜੀ ਕਿ ਮੈਂ ETT ਵੀ ਪਾਸ ਕੀਤੀ ਆ ਮੈਂ ਟੈਟ ਦਾ ਟੈਸਟ ਵੀ ਪਾਸ ਕੀਤਾ ਪਰ ਨੌਕਰੀ ਨਹੀਂ ਮਿਲਦੀ ਗੀ ਬਾਕੀ ਵੀ ਜਿਹੜੇ ਅਧਿਆਪਕ ਆ ਉਹਨਾਂ ਦੇ ਉੱਤੇ ਕਦੇ ਲਾਠੀ ਚਾਰਜ ਹੁੰਦਾ ਕਦੇ ਪਾਣੀ ਦੀਆਂ ਵਾਛੜਾਂ ਵੱਜਦੀਆਂ ਕਦੇ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਕਦੇ ਮੀਟਿੰਗ ਕੈਂਸਲ ਹੋ ਜਾਂਦੀ ਹੈ ਕਦੇ ਮੀਟਿੰਗ ਬੇਸਤਾ ਰਹਿੰਦੀ ਹੈ ਸੋ ਉਹਨਾਂ ਦੇ ਉੱਤੇ ਤਰਸ ਕੋਈ ਨਹੀਂ ਤੇ ਇਸ ਵਕਤ ਸੰਘਰਸ਼ ਆ ਜਿਹੜਾ ਵੱਖ ਵੱਖ ਥਾਵਾਂ ਦੇ ਉੱਤੇ ਹੋਰ ਵੱਧ ਰਿਹਾ ਕਿਉਂਕਿ ਆਸ ਹੁੰਦੀ ਆ ਜਿਹੜੇ ਮੁਲਾਜ਼ਮ ਕੱਚੇ ਉਹਨਾਂ ਨੂੰ ਪੱਕੇ ਹੋਣ ਦੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਣ ਦੀ ਜਦੋਂ ਚੋਣਾਂ ਸਿਰ ਦੇ ਉੱਤੇ ਆ ਜਾਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਸੰਘਰਸ਼ ਹੋਰ ਵਧਣਗੇ ਪਰ ਸੂਬੇ ਦੀ ਸਰਕਾਰ ਦੇ ਵੱਲੋਂ ਇਹਦੇ ਵੱਲ ਕੋਈ ਖਿਆਲ ਨਹੀਂ ਕੀਤਾ ਜਾਂਦਾ ਤੇ ਉਦਾਂ ਤਾਂ ਵੱਖ ਵੱਖ ਮੰਤਰੀਆਂ ਦੀ ਕਈ ਵਾਰ ਸੁਰ ਵੱਖਰੀ ਵੀ ਹੈ ਕੋਈ ਕਹਿੰਦਾ ਜੀ ਕਿ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਜਿਹੜੀ ਸਹੀ ਨਹੀਂ ਗੀ ਕੋਈ ਕਿਵੇਂ ਪਰ ਲੰਘੇ ਕੱਲ ਸਾਰੇ ਹੀ ਮੰਤਰੀਆਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਵੀ ਤਰਸ ਦੇ ਆਧਾਰ ਦੇ ਉੱਤੇ ਵਿਧਾਇਕਾਂ ਦੇ ਪੁੱਤਾਂ ਨੂੰ ਤਾਂ ਨੌਕਰੀਆਂ ਮਿਲ ਹੀ ਜਾਣੀ ਚਾਹੀਦੀ ਹੈ ਨਾ ਤਾਂ ਉੱਥੇ ਜਿਹੜੇ ਆ ਉਹਨਾਂ ਨੇ ਜਿਹੜੇ ਕਹਿੰਦੇ ਵੀ ਅਸੀਂ ਸਿੱਧੂ ਦੇ ਪੱਖ ਦੇ ਆ ਨਾ ਕੋਈ ਹੋਰ ਆ ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਹੁਣ ਅਕਾਲੀ ਦਲ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਵੀ ਤਰਸ ਦੀ ਪਰਿਭਾਸ਼ਾ ਵੀ ਤੁਸੀਂ ਨਵੇਂ ਸਿਰੇ ਤੋਂ ਲਿਖੀ ਹੈ ਜੀ ਬਿਲਕੁਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ